ਅੱਜ ਬਣਾਵਾਂਗੇ ਇਹ ਵਾਲੀ ਰੈਸਪੀ ਬਿਲਕੁਲ ਅਲੱਗ ਤਰੀਕੇ ਨਾਲ। ਸਾਰਿਆਂ ਦੇ ਘਰ ਮਸ਼ੀਨ ਨਹੀਂ ਹੁੰਦੀ ਸੇਵੀਆਂ ਬਣਾਉਣ ਵਾਲੀ, ਤਾਂ ਕੋਈ ਟੈਨਸ਼ਨ ਨਹੀਂ, ਆਪਾਂ ਅੱਜ ਬਣਾਵਾਂਗੇ ਇਹ ਅਲੱਗ ਜਿਹੇ ਤਰੀਕੇ ਨਾਲ। ਜਿਹਦੇ ਲਈ ਇੱਕ ਕੱਪ ਬੇਸਣ ਲਿਆ, ਅੱਧਾ ਕੱਪ ਚੌਲਾਂ ਦਾ ਆਟਾ, ਹਲਦੀ, ਨਮਕ, ਲਾਲ ਮਿਰਚ ਅਤੇ ਜੀਰਾ ਪਾਊਡਰ ਪਾ ਕੇ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਅਤੇ ਇੱਕ ਕੱਪ ਪਾਣੀ ਦਾ ਇਹਦੇ ਵਿੱਚ ਲੱਗ ਜਾਣਾ ਅਤੇ ਥੋੜ੍ਹਾ ਥੋੜ੍ਹਾ ਪਾਣੀ ਕਰਕੇ ਇਹਨੂੰ ਚੰਗੀ ਤਰ੍ਹਾਂ ਮਿਕਸ ਕਰਾਂਗੇ ਅਤੇ ਇੱਕ ਵਾਰੀ 'ਚ ਇਕੱਠਾ ਪਾਣੀ ਨਹੀਂ ਪਾ ਦੇਣਾ, ਥੋੜ੍ਹਾ ਥੋੜ੍ਹਾ ਕਰਕੇ ਪਾਣੀ ਪਾ ਕੇ ਇੱਕ ਬੈਟਰ ਸਮੂਥ ਜਿਹਾ ਬਣਾਵਾਂਗੇ ਅਤੇ 1 ਤੋਂ 1.25 ਕੱਪ ਪਾਣੀ ਦਾ ਇਹਦੇ ਵਿੱਚ ਲੱਗ ਗਿਆ ਅਤੇ ਇੱਦਾਂ ਦੀ ਕੰਸਿਸਟੈਂਸੀ ਰੱਖਣੀ ਹੈ ਇਹਦੀ ਫਲੋਇੰਗ ਜੀ। 2 ਟੇਬਲ ਸਪੂਨ ਆਪਾਂ ਇਹਦੇ 'ਚ ਸਰੋਂ ਦਾ ਤੇਲ ਪਾਵਾਂਗੇ ਜਿਹਦੇ ਨਾਲ ਇਹ ਹੋਰ ਵੀ ਕ੍ਰਿਸਪੀ ਜੀਆਂ ਬਣਨਗੀਆਂ। ਅਤੇ ਇੱਥੇ ਇੱਕ ਪਲਾਸਟਿਕ ਦੀ ਸੌਫਟ ਜੀ ਬੋਤਲ ਲੈ ਲਈ ਹੈ, ਆਪਾਂ ਸੌਫਟ ਹੀ ਲੈਣੀ ਹੈ, ਹਾਰਡ ਨਹੀਂ ਲੈਣੀ। ਅਤੇ ਇਹਦੇ ਵਿੱਚ ਢੱਕਣ ਦੇ ਵਿੱਚ ਆਪਾਂ ਹੋਲ ਕਰ ਲਏ ਨੇ ਅਤੇ ਹੁਣ ਇਹਦੇ ਵਿੱਚ ਆਪਾਂ ਪਾਵਾਂਗੇ ਸਾਰਾ ਬੈਟਰ ਜਿਹੜਾ ਬਣਾਇਆ ਹੋਇਆ ਸੀਗਾ। ਇਹ ਸਾਰਾ ਹੀ ਬੈਟਰ ਇੱਕ ਬੋਤਲ ਦੇ ਵਿੱਚ ਹੀ ਪੈ ਜਾਏਗਾ। ਬੋਤਲ ਦੇ ਵਿੱਚ ਪਾਉਣ ਤੋਂ ਬਾਅਦ ਆਪਾਂ ਤਿਆਰੀ ਕਰਦੇ ਹਾਂ ਇਹਨੂੰ ਫਰਾਈ ਕਰਨ ਦੀ। ਇੱਕ ਕੜਾਈ ਦੇ ਵਿੱਚ ਆਪਾਂ ਤੇਲ ਪਾ ਲਿਆ ਅਤੇ ਤੇਲ ਵੀ ਪੂਰਾ ਚੰਗੀ ਤਰ੍ਹਾਂ ਗਰਮ ਹੋਊਗਾ, ਘੱਟ ਗੈਸ 'ਤੇ ਨਹੀਂ ਬਣਾਉਣਾ, ਪੂਰੀ ਤੇਜ਼ ਆਂਚ ਕਰਕੇ ਹੀ ਬਣਾਉਣਾ। ਅਤੇ ਚਲੋ ਹੁਣ ਆਪਾਂ ਬਣਾਉਣੀਆਂ ਸ਼ੁਰੂ ਕਰਦੇ ਹਾਂ ਨਮਕੀਨ। ਅਤੇ ਕੜਾਈ ਦੇ ਵਿੱਚ ਪਾਵਾਂਗੇ ਆਪਾਂ, ਬਹੁਤ ਹੀ ਜ਼ਿਆਦਾ ਕ੍ਰਿਸਪੀ ਬਣ ਕੇ ਤਿਆਰ ਹੁੰਦੀਆਂ, ਬਹੁਤ ਜਲਦੀ ਬਣ ਜਾਂਦੀਆਂ, 10 ਮਿੰਟ ਦੇ ਵਿੱਚ ਵਿੱਚ ਇਹ ਸੇਵੀਆਂ ਬਣ ਕੇ ਤਿਆਰ ਹੋ ਜਾਂਦੀਆਂ। ਬਣਾਇਓ ਜ਼ਰੂਰ, ਟਰਾਈ ਕਰਕੇ ਦੇਖਿਓ। ਅਤੇ ਆਪਣੀਆਂ ਸੇਵੀਆਂ ਬਣ ਗਈਆਂ ਨੇ, ਹੁਣ ਆਪਾਂ ਇਹਨਾਂ ਨੂੰ ਕੱਢਾਂਗੇ। 10 ਮਿੰਟ 'ਚ ਬਣ ਜਾਂਦੀ ਹੈ। ਵੀਡੀਓ ਵਧੀਆ ਲੱਗੀ ਹੋਵੇ ਤਾਂ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ, ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ। ਫੇਸਬੁੱਕ 'ਤੇ ਦੇਖ ਰਹੇ ਹੋ ਤਾਂ ਫੋਲੋ ਜ਼ਰੂਰ ਕਰ ਦੇਣਾ ਪੇਜ ਨੂੰ। ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ ਇੱਕ ਨਵੀਂ ਰੈਸਪੀ ਲੈ ਕੇ। ਵੀਡੀਓ ਨੂੰ ਅਖੀਰ ਤੱਕ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਇਹਦੇ ਉੱਪਰ ਚਾਟ ਮਸਾਲਾ ਵੀ ਪਾ ਸਕਦੇ ਹੋ ਤੁਸੀਂ, ਬਹੁਤ ਜ਼ਿਆਦਾ ਕ੍ਰਿਸਪ ਬਣਦੀਆਂ ਨੇ ਇਹ। ਇੱਕ ਵਾਰੀ ਜ਼ਰੂਰ ਟਰਾਈ ਕਰਕੇ ਕਮੈਂਟ ਕਰਕੇ ਦੱਸੋ।